ਸਾਰੇ ਭਰਾਵਾਂ ਦਾ ਤੁਹਾਡੇ ਆਪਣੇ ਪੇਜ ਮਾਲਵਾ ਵੈਲਟ ਵਾਲੀਬਾਲ ਸ਼ੂਟਿੰਗ ਲਓ ਜੀ, ਪਹਿਲੇ ਸੈਮੀਫਾਈਨਲ ਮੈਚ ਦੀ ਸ਼ੁਰੂਆਤ ਹੋ ਚੁੱਕੀ ਆ। ਚੱਕ ਦੇ ਦਿੱਲੀ ਅਤੇ ਨਾਲ ਬਾਬਾ ਲਲਾਣੇ ਦਾ ਮੈਚ ਆ ਜੀ। ਬਾਬਾ ਲਲਾਣਾ ਦੀ ਖੇਡ ਰਿਹਾ ਜੀ ਬਾਬਾ ਕੌੜਾ, ਚੱਕ ਦੇ ਦਿੱਲੀ ਟੀਮ ਲਈ ਖੇਡ ਰਿਹਾ ਜੀ ਜੈਦੀਪ ਚੁਲਿਆਣਾ। ਬਹੁਤ ਤਕੜਾ ਮੈਚ ਆ, ਕਰਦੇ ਹੋ ਸ਼ੇਅਰ ਵੀਰੇ ਸਾਰੇ ਭਰਾ। ਪਹਿਲੇ ਸੈਮੀਫਾਈਨਲ ਮੈਚ ਦੀ ਸ਼ੁਰੂਆਤ ਹੋ ਚੁੱਕੀ। ਕੀ ਸਕੋਰ ਆ ਉਧਰ? ਕੱਚ ਟੁੱਟੀ ਜਾਂਦੀ ਜਿੰਦਾ। ਬਾਲੀ ਲੱਗੀ ਨੀ ਨਾ ਸਹੀ, ਚੜ੍ਹਦਾ ਗਿਆ ਜੀ ਬਾਲ ਹੈਲੋ ਓਕੇ, ਸਵੇਰੇ ਕਿੰਨੇ ਹੋ ਗਏ ਜੀ ਨੰਬਰ? 5 ਤੇ 11 ਜੀ। ਜੇਤੂ ਦਾ ਹੰਸੀ ਨਾਲ ਹੁਣ ਤਾਂ ਨਿਬੜੀ ਪੈਣੀ ਮੈਚ, ਬਾਹਲਾ ਟਾਈਮ ਨਹੀਂ ਲੱਗਦਾ ਹੁਣ। ਕਿੰਨੇ ਵਜੇ? 6 ਵਜੇ ਨਿਬੜਨੇ ਹੈ। ਆਊਟ ਤਾਂ ਨਹੀਂ ਚੱਲ ਮੰਨਣੀ, ਆਊਟ ਨਹੀਂ ਮੰਨਦੇ ਸੀ ਉਹ ਗੱਲ ਕਰੂੰ, ਸਿੰਗਲ ਹੈਂਡ ਫਾਊਲ ਆ। ਸਾਡੇ ਪਿੰਡ ਵਾਲੇ ਗੱਲ ਹੀ ਨੇ ਫੜਦੀ ਸੀ ਬਾਲ। ਓਏ ਗੋਡੋ ਔਰ ਮੈਨੂੰ ਲੱਗਦਾ ਵੀ ਉਧਰ ਪਿਕਅਪ ਵਾਲਾ ਨੇ ਬਾਹਲਾ ਰੋਲਾ ਮਚਾਇਆ ਤੇ ਨੰਬਰ 11 ਤੇ 6 ਦੀ ਟੱਕਰ ਹੈ। ਜੈ ਵੀ ਸਊ ਵਾਲੇ, ਜੇ ਮੈਚ ਵਧੀਆ ਲੱਗਿਆ ਤੇ ਇੱਕ ਤਾੜੀ ਦਾ ਮਾਰੋ ਯਾਰ ਦੋਨੇ ਟੀਮਾਂ ਦੇ ਖਿਡਾਰੀਆਂ ਦੇ ਲਈ। 11 ਜਿਹੜੇ ਨੰਬਰ ਨੇ ਕਹਿੰਦੇ ਯੂਪੀ ਦੀ ਟੀਮ ਦੇ ਹੈ, ਔਰ ਕਹਿੰਦੇ ਵੀ 6 ਨੰਬਰ ਨੇ ਜੋਧਪੁਰੀ ਵਾਲੇ ਮੁੰਡਿਆਂ ਦੇ ਆ। ਜੈ ਵੀ ਨੋਜੀ ਆ, ਨਾਲ ਤਾਂ ਬਾਲ ਮਾਰ ਗਿਆ ਤੇ ਨਾਲੇ ਐਕਸ਼ਨ ਕਰ ਗਿਆ ਹੋ ਜਾ ਤਕੜਾ। ਤੇ ਕਹਿੰਦੇ ਹੁਣ ਕੋਚ ਨੂੰ ਆ ਵੀ ਕਹਿ ਦਿਓ ਵੱਡਿਆਂ ਵੈਲੀਆਂ ਨੂੰ ਆ ਗੱਭਰੂ ਹਿੱਕ ਤਣ ਗਿਆ ਹੋਇਆ ਤੇ ਰੋਲਾ ਤਾਂ ਪਹਿਲਾਂ ਸੀ ਕੋਚ, ਹੁਣ ਤਾਂ ਮਸਲਾ ਬਣ ਗਿਆ ਤੇ ਮਸਲਾ ਵੀ ਹਿੰਟਾਂ ਦਾ।
ਜਿੱਤਾ ਫਾਰਾ ਇੱਕ ਪਾਸੇ ਆ, ਹੋ ਜਾ ਤਗੜਾ ਜੇ ਕਦੀ ਤੂੰ ਵੀ ਸਿੰਗਲ ਹੈਂਡ ਆ, ਆਓ ਕਦੇ ਸਮੈਸ਼ ਮਾਰ ਗਿਆ ਤੇ ਗੱਲ ਕਦੇ ਟਿਕਾਣੇ ਲੱਗ ਜਾਣੀ ਹੈ। ਪਰ ਸਾਹਮਣੇ ਮੈਨੂੰ ਲੱਗਦਾ ਵੀ ਨੰਬਰ ਇੱਕ ਹੋਰ ਔਰ ਜੋਧਪੁਰੀ ਵਾਲੇ ਮੁੰਡਿਆਂ ਨੇ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੋੜ ਦਿੱਤਾ ਹੈ। ਬਾਈ ਜੀ ਸੱਤ ਹੋ ਗਏ ਨਾ ਇੱਧਰ ਜੀ, ਸੱਤ ਤੇ ਗਿਆਰਾਂ ਦੀ ਟੱਕਰ ਹੈ, ਔਰ ਜੇ ਕਿਤੇ ਮੁੰਡੇ ਅੱਠਵਾਂ ਜੋੜ ਗਏ ਆ ਤੇ ਨੌਵਾਂ ਵੀ ਫਿਰ ਕਹਿੰਦੇ ਜੋੜ ਦੇਣਾ, ਔਰ ਜੇ ਕਿਤੇ ਡਬਲ ਡਿਜਿਟ ਵਾਲੀ ਲਾਈਨ ਦੇ ਵਿੱਚ ਆ ਗਏ ਆ ਤੇ ਫਿਰ ਪਤਾ ਕੋਈ ਨੀ ਜੋਧਪੁਰੀ ਵਾਲਿਆਂ ਦਾ, ਤੇ ਇਹਨਾਂ ਨੇ ਵੀ ਕਹਿੰਦੇ ਬੰਨ ਸਾਈਡਡ ਜੀ ਆ, ਆਓ ਖੇਡ ਕਹਿੰਦੇ ਕਰ ਦੇਣੀ ਹੈ ਗੱਲ ਹੈ। ਇਹ ਵੀ ਮੇਰੇ ਮਿੱਤਰੋ ਜਿਹੜੀ ਸੱਚ ਹੈ ਵੀ ਸਬਰ ਸਿਦਕ ਤੋਂ ਡੋਲੀ ਦਾ, ਆਓ ਤੂੰ ਸ਼ੇਰ ਪੰਜਾਬ ਦੇ ਆ ਤੇ ਘਰ ਘਰ ਪਹੁੰਚੂ ਬੈਂਕ ਤੇਰੀ ਆ, ਆ ਫੁੱਲ ਗੁਲਾਬ ਦੇ ਆ। ਹੈਲੋ, ਡਰਾਈਵਰ ਜੇ ਕਿਸੇ ਵੀਰ ਨੇ ਚਾਹ ਪੀਣੀ ਤੇ ਉੱਧਰ ਗੁਰੂ ਘਰ ਦੇ ਵਿੱਚ ਚਾਹ ਬਿਲਕੁਲ ਤਿਆਰ ਹੈ ਤੇ ਚਾਹ ਪਾਣੀ ਆਪਾਂ ਉੱਥੇ ਜਾ ਕੇ ਪੀਣੀ ਹੈ। ਬਾਈ ਬਣ ਕੇ ਕੋਈ ਵੀ ਵੀਰ ਗਲਾਸਾਂ ਦੇ ਵਿੱਚ ਪਾ ਕੇ ਚਾਹ ਇੱਥੇ ਨਹੀਂ ਲੈ ਕੇ ਆਉਣੀ, ਆਪਾਂ ਜਿਹੜੇ ਬਰਤਨ ਹੈਗੇ ਜੇ ਭਾਂਡੇ ਹੈਗੇ ਪਲੀਜ਼ ਆਪਾਂ ਇੱਥੇ ਨਹੀਂ ਲੈ ਕੇ ਆਉਣੇ। ਜੇ ਕਿਸੇ ਵੀਰ ਨੇ ਚਾਹ ਪਾਣੀ ਪੀਣਾ ਤੇ ਜਾ ਕੇ ਤੁਸੀਂ ਗੁਰੂ ਘਰ ਦੇ ਵਿੱਚ ਜਾ ਕੇ ਪੀ ਸਕਦੇ ਹੋ ਜਿੱਥੇ ਚਾਹ ਬਿਲਕੁਲ ਤਿਆਰ ਹੈ। ਯਾਰ ਕੋਈ ਇਲਾਜ ਨਹੀਂ ਹੈਗਾ, ਖੜਿਆ ਤਾਂ ਸੀ ਮੂਰੇ ਤਾਂ ਖੜਿਆ ਨਹੀਂ, ਉਹੀ ਯਾਰ ਬਾਲ ਦਾ ਹੱਲ ਨਹੀਂ ਜਿਹੜਾ ਬਾਰੀ ਬਣਾਉਂਦਾ। ਗਿਆਰਾਂ ਸੱਤ ਗਿਆਰਾਂ ਨੌ ਗਿਆਰਾਂ ਨੌ ਫਿਰ ਇਹ ਬਾਣ ਸਾਈਡ ਨੂੰ ਕਰ ਦੇਣਾ ਸੀ ਉਹਨਾਂ ਨੇ, ਉਹ ਡੀਸੀ ਉਹਦੀ ਜਮਾਂ ਜਿੱਤ ਕੇ ਹਰ ਗਏ ਨਾ।
ਨੈਟੀ ਥੋੜਾ ਨੀ ਮਾਹੌਲ ਕਰੇ ਕਿਹੜੇ ਔਰ ਉਧਰ ਸਾਡੇ ਵੀਰ ਨੇ ਕਹਿੰਦੇ ਸਾਊ ਵਾਲਾ ਸਾਈਕਲ ਪਿੰਡ ਹੈ ਤੇ ਭਰਾਵਾਂ ਨੇ ਆਪ ਵੀ ਬਹੁਤ ਸੋਹਣਾ ਟੂਰਨਾਮੈਂਟ ਕਰਾਇਆ। ਔਰ ਵੀਰ ਕਹਿੰਦਾ ਜੇ ਢਾਬਾ ਦਾ ਸ਼ੁਰੂ ਆ ਮੈਚ ਕਹਿੰਦੇ ਜਿੱਤਦਾ ਵਿਨ ਕਰਦਾ। ਔਰ ਜਦੋਂ ਸਾਊ ਵਾਲਾ ਟੂਰਨਾਮੈਂਟ ਹੋਇਆ ਤੇ ਆਪਾਂ ਵਿਸ਼ੇਸ਼ ਤੌਰ ਤੇ ਸੇਰੂ ਦਾ ਸਨਮਾਨ ਕਹਿੰਦੇ 5100 ਦੀ ਆ ਨਗਦ ਰਾਸ਼ੀ ਨਾਲ ਕਹਿੰਦੇ ਕਰਨਾ ਹੈ। ਲਾ ਵੀ ਢਾਬਾ ਲਿਆ ਤੈਨੂੰ ਚਾਹੁਣ ਵਾਲੇ ਵੀ ਆ ਅੱਜ ਕਹਿੰਦੇ ਵੀ ਵੱਡੀ ਗਿਣਤੀ ਦੇ ਵਿੱਚ ਆਏ ਹੋਏ ਆ। ਇੱਕ ਭਰਾ ਆ ਤੇ ਢਾਬਾ ਵਾਲੇ ਸ਼ੇਰੂ ਨੂੰ ਕਹਿੰਦਾ ਵੀ ਬਾਈ ਤੇਰਾ ਮੈਚ ਇੱਕ ਨੰਬਰ ਗਰਾਊਂਡ 'ਚ ਹੋਣਾ ਰਿਹਾ ਦੋ 'ਚ ਆ ਵੀ ਮੈਂ ਉਹਦੇ ਕੋਲ ਫਿਰ ਕੁਰਸੀ ਉਡਾ ਕੇ ਪਹਿਲਾਂ ਹੀ ਬੈਠ ਜਾਂਦਾ। ਇਹ ਕਹਿੰਦੇ ਪਿਆਰ ਆ ਲੋਕਾਂ ਦਾ ਵੀ ਬੰਦੇ ਦਾ ਇੱਕ ਪਿਆਰ ਹੀ ਆ। ਆਓ ਗੱਲਾਂ ਜਿਹੜੀਆਂ ਟਿਕਾਣੇ ਰਹੇ ਆ ਸਾਹਮਣੇ ਮੈਚ ਵੀ ਜਿਹੜਾ ਚੋਟੀ ਦਾ ਕੁਆਟਰ ਫਾਈਨਲ ਆ ਤੇ ਜਿਹੜੀ ਟੀਮ ਜਿੱਤ ਗਈ ਉਹਨੇ ਸੈਮੀ ਫਾਈਨਲ ਦੇ ਵਿੱਚ ਪਹੁੰਚ ਜਾਣਾ ਤੇ ਫਿਰ ਜਾ ਕੇ ਕਹਿੰਦੇ ਵੀ ਫਾਂਸੀ ਦੇ ਨਾਲ ਟੰਬਾ ਖੜਕਣਾ। ਔਰ ਸਾਹਮਣੇ ਹੁਣ ਤੱਕਦੇ ਵੀ ਕਿਹੜੀ ਟੀਮ ਨੇ ਜਿੱਤ ਗਈ ਆ। ਆਓ ਮੇਰੇ ਮਿੱਤਰੋ ਕਹਿੰਦੇ ਧੰਨ ਧੰਨ ਕਹਿੰਦੇ ਕਰਵਾ ਦੇਣੀ ਆ। ਭਾਈ ਜੀ ਨੰਬਰ ਕਿੰਨੇ ਨੇ ਦੱਸਿਓ ਜੀ ਇੱਕ ਵਾਰੀ। 11 ਨੰਬਰ ਨੇ ਨਾ ਜਾਂ 12 ਹੋ ਗਏ? 12 ਤੇ 9। ਲੋ ਟੱਕਰ ਸਿਰੇ ਦੀ ਹੈ। ਇੱਕ ਪਾਸੇ ਕਹਿ ਦਈਏ ਯੂਪੀ ਸ਼ਾਸਤਰੀ ਦੀ ਟੀਮ ਹੈ ਤੇ ਦੂਜੇ ਪਾਸੇ ਕਹਿ ਦਈਏ ਜੋਧਪੁਰੀਆ ਜ਼ਿਲ੍ਹਾ ਸਰਸੇ ਦਾ ਮਾਣ ਮੱਤਾ ਜਾਂ ਪਿੰਡ ਹੈ ਪਰ ਉਧਰਲੇ ਪਾਸੇ ਢਾਬਾ ਵਾਲਾ ਧੱਫੜ ਪਾ ਗਿਆ। ਲੋਕੋ ਰੋਲਾ ਰੱਪਾ ਦਾ ਪਾ ਦੇ। ਲਓ ਇੱਧਰ ਕਹਿੰਦੇ ਦੁਨੀਆ ਸਵਾਦ ਲੈਂਦੀ ਹੈ ਜਿਹੜੇ ਜਿਹੜੇ ਕਹਿੰਦੇ ਆ ਯੂਪੀ ਸ਼ਾਸਤਰੀ ਜੀਤੂ ਇੱਕ ਵਾਰੀ ਲਲਕਾਰਾ ਤਾਂ ਮਾਰ ਦਿਓ ਤੇ ਜਿਹੜੇ ਜਿਹੜੇ ਕਹਿੰਦੇ ਜੋਧਪੁਰੀਆ ਜੀਤੂ ਤੇ ਜਿਹੜੇ ਜਿਹੜੇ ਕਹਿੰਦੇ ਜਿਹੜੀ ਮਰਜ਼ੀ ਜਿੱਤੇ ਆਪਾਂ ਤਾਂ ਸਵਾਦ ਲੈਣੇ ਆ ਉਹ ਵੀ ਲਲਕਾਰਾ ਮਾਰ ਦਿਓ। ਲੋ ਸਵਾਦ ਵਾਲੇ ਕਹਿੰਦੇ ਜ਼ਿਆਦੇ ਲਲਕਾਰੇ ਵੱਜੇ ਆ ਦੁਨੀਆ ਸਵਾਦ ਦੀ ਪੱਟੀ ਹੋਈ। ਹੈਪੀ ਬਾਈ ਦੁਨੀਆ ਸਵਾਦ ਦੀ ਪੱਟੀ ਹੋਈ ਹੈ। ਹੈਲੋ ਲੈਵਰੇ ਯਾਰ ਜੋਧਪੁਰੀਆ ਵਾਲੇ ਮੁੰਡਿਆਂ ਦੀ ਇਹ ਗੱਲ ਕਹਿਣੀ ਬਣਦੀ ਹੈ ਵੀ ਪਹਿਲਾਂ ਜਿੰਨੇ ਕੁ ਮੈਚ ਹੋਏ ਆ ਇਹ ਜੋਧਪੁਰੀਆ ਦੀ ਟੀਮ ਦੇ ਮੈਚ ਬਹੁਤ ਤਕੜੇ ਲੱਗਿਆ ਤੇ ਪਹਿਲਾਂ ਇਹਨਾਂ ਦਾ ਜ਼ੋਰ ਵੀ ਕਹਿੰਦੇ ਆ ਬਹੁਤ ਲੱਗਿਆ। ਜੇ ਜੋਧਪੁਰੀਆ ਵਾਲੇ ਮੁੰਡਿਆਂ ਦੀ ਖੇਡ ਚੰਗੀ ਲੱਗੀ ਇੱਕ ਤਾੜੀ ਮਾਰੋ ਯਾਰ ਜੋਧਪੁਰੀਆ ਵਾਲੇ ਮੁੰਡਿਆਂ ਲਈ ਵੀ ਦਿਲੋਂ ਕਿਉਂਕਿ ਪਹਿਲਾਂ ਜਿੰਨੇ ਮੈਚ ਹੋਏ ਆ ਇਹ ਬਹੁਤ ਤਕੜੇ ਮੈਚ ਕਹਿੰਦੇ ਖੇਡੇ ਆ। ਔਰ ਮੈਚ ਜਿਹੜਾ ਹੁਣ ਕਹਿੰਦੇ ਵੀ ਯੂਪੀ ਦੇ ਨਾਲ ਆ ਤੇ ਯੂਪੀ ਦੀ ਟੀਮ ਵੀ ਆਪਾਂ ਕਹਿ ਦਈਏ ਇੱਕ ਦੁਨੀਆ ਦੀ ਟੋਪ ਦੀ ਟੀਮ ਹੈ। ਔਰ ਢਾਬਾ ਲਈ ਸ਼ੇਰੂ ਵੀ ਆਪਾਂ ਕਹਿ ਦਈਏ ਕਿਸੇ ਗੱਲੋਂ ਖੋੜ ਕਦੇ ਟਰੈਕਟਰ ਜਿੱਤਿਆ। ਔਰ ਵੱਡੇ ਇਤਿਹਾਸ ਜਿਹੜੇ ਆ ਆਹ ਮੇਰੇ ਮਿੱਤਰੋ ਕਦੇ ਰਚੇ ਆ ਵੀ ਮਿਰਗਾ ਤੇਰੇ ਅੰਦਰ ਹੀ ਆ ਆਹ ਕਸਤੂਰੀ ਹੁੰਦੀ ਹੈ ਤੇ ਜ਼ਿੰਦਗੀ ਦੇ ਵਿੱਚ ਮਿਹਨਤ ਬੜੀ ਜ਼ਰੂਰੀ ਹੁੰਦੀ ਹੈ ਤੇ ਮੋਮਬੱਤੀਆਂ ਤੇ ਕਦੇ ਕੜਾਹੇ ਆ ਕਦੇ ਰਿੱਝਦੇ ਨਹੀਂ ਹੁੰਦੇ ਆ ਤੇ ਸੂਰਜ ਕਦੇ ਵੀ ਕਣੀਆਂ ਦੇ ਵਿੱਚ ਭਿੱਜਦੇ ਨਹੀਂ ਹੁੰਦੇ ਆ ਆਹ ਸੂਰਜ ਕਦੇ ਵੀ ਕਣੀਆਂ ਦੇ ਵਿੱਚ ਹੈ ਯਾਰ ਉਹ ਭਿੱਜਦੇ ਨਹੀਂ ਹੁੰਦੇ ਆ। ਮੈਨੂੰ ਲੱਗਦਾ ਨੰਬਰ 13 ਹੋ ਗਿਆ ਨਾ ਬਾਈ ਉੱਧਰ ਜਾਂ 14 13 ਹੋ ਗਿਆ ਬਾਈ 15 ਹੋ ਗਿਆ ਬਾਈ ਇੱਧਰ ਕਿਤਨੇ ਪੁਆਇੰਟ ਹੈ 9 ਔਰ 1 15
9 ਨੰਬਰ ਦੇ ਇਧਰਲੇ ਪਾਸੇ ਬਾਬਾ ਲਦਾਣਾ ਦੀ ਟੀਮ ਦਾ ਔਰ 1 ਪੁਆਇੰਟ ਹੈ ਚੱਕਦੇ ਦੀ ਟੀਮ ਦਾ ਪਾਣੀ ਪਾਣੀ ਲਓ ਉਧਰ ਕਹਿੰਦੇ ਲਾਸਟ ਪੁਆਇੰਟ ਆ ਗਿਆ ਕਿ ਲੰਬੀ ਸੀੜੀ ਮਾਰ ਮਿੱਤਰਾ ਘਰ ਭੁੱਲ ਗਈ ਬੋਰਡ ਤੇ ਆ ਗਏ ਕਹਿੰਦੇ ਯੂਪੀ ਸ਼ਾਸਤਰੀ ਦਾ ਲਾਸਟ ਪੁਆਇੰਟ ਤੇ ਗੱਲਬਾਤ ਲੱਗੂਗੀ ਟਿਕਾਣੇ ਕੌਣ ਜੋੜਦਾ ਸ਼ੱਕ ਤੇ ਰਹਿਣਾ ਜਾਂ ਚੇਂਜ ਹੋ ਗਈ ਗੱਲ ਉਹ ਬਣ ਜਾਣੀ ਹੈ ਜਿਹਨੂੰ ਦੁਨੀਆ ਸਿਰਾ ਕਹਿੰਦੀ ਹੈ ਪਰ ਇਧਰਲੇ ਪਾਸੇ ਢਾਬਾ ਵਾਲਾ ਢਾਬਾ ਵਾਲਾ ਢਾਬਾ ਵਾਲਾ ਨਾਲੇ ਢਾਬਾ ਵਾਲਾ ਤੇ ਨਾਲੇ ਕਹਿੰਦੇ ਟੇਢਾ ਟੇਢਾ ਝਾਕਦਾ ਕਹਿੰਦੇ ਐਕਸ਼ਨ ਕਰਦਾ ਹੈ ਬਾਈ ਯਾਰ ਜਿੱਤ ਹਾਰ ਤਾਂ ਬਣੀ ਇੱਕ ਪਾਸੇ ਹੈ ਔਰ ਜੇਕਰ ਬਾਈ ਯਾਰ ਮੈਚ ਵਧੀਆ ਲੱਗਿਆ ਇੱਕ ਤਾੜੀ ਦਾ ਮਾਰੋ ਯਾਰ ਤੁਹਾਡੇ ਟੀਮਾਂ ਦੇ ਖਿਡਾਰੀਆਂ ਲਈ ਦੇਖੋ ਕਿੰਨਾ ਵਧੀਆ ਮੈਚ ਕਿੰਨਾ ਜੋਰ ਕਹਿੰਦੇ ਲਾਇਆ ਔਰ ਹੁਣ ਜਿਹੜਾ ਮੈਚ ਕਹਿੰਦੇ ਖੇਡਿਆ ਜਾਣਾ ਯੂਪੀ ਦਾ ਹਾਂਸੀ ਦੀ ਟੀਮ ਦੇ ਨਾਲ ਰਵੀ ਢਾਬਾ ਯੂਪੀ ਵਾਲੇ ਦੱਸਦੇ ਕਿੰਨੇ ਕੁ ਟਾਈਮ ਦੀ ਰੈਸਟ ਚਾਹੀਦੀ ਹੈ ਉਧਰ ਕਹਿ ਦਈਏ ਆਪਾਂ ਗੁਰੂ ਘਰ ਚਾਹ ਦਾ ਲੰਗਰ ਅਟੁੱਟ ਵਰਤ ਰਿਹਾ ਜਿਹੜੇ ਦਰਸ਼ਕ ਵੀਰ ਨੇ ਜਾਂ ਪਲੇਅਰ ਨੇ ਚਾਹ ਦਾ ਲੰਗਰ ਛਕਣਾ ਹੋਵੇ ਉਹ ਗੁਰੂ ਘਰ ਜਾ ਕੇ ਉੱਥੋਂ ਹੀ ਛੱਕ ਕੇ ਆਉਣਾ ਬਰਤਨ ਇੱਥੇ ਨਹੀਂ ਲੈ ਕੇ ਆਉਣੇ ਪ੍ਰਬੰਧਕ ਵੀਰ ਕਹਿੰਦੇ ਆ ਕਿਉਂਕਿ ਬਰਤਨ ਇੱਥੇ ਗੁੰਮ ਹੋ ਜਾਣੇ ਆ ਤੇ ਗੱਲਾਂ ਬਾਤਾਂ ਇੱਧਰ 2 ਨੰਬਰ ਗਰਾਊਂਡ ਤੇ ਵੀ ਟਿਕਾਣੇ ਆ ਇੱਕ ਪਾਸੇ ਕਹਿ ਦਈਏ ਬਾਬੇ ਹੋਣਾ ਦੀ ਟੀਮ ਹੈ ਤੇ ਦੂਜੇ ਪਾਸੇ ਕਹਿ ਦਈਏ ਦਿੱਲੀ ਏਰੀਏ ਦੀ ਟੀਮ ਆਈ ਹੈ ਅੱਜ ਟੋਪ ਦੀ ਟੀਮ ਬਣਾ ਕੇ ਲੈ ਕੇ ਆਏ ਹੈ ਪਰ ਇੱਧਰਲੇ ਪਾਸੇ ਕਹਿੰਦੇ ਗੱਲਾਂ ਬਾਤਾਂ ਟਿਕਾਣੇ ਆ ਹਾਂਸੀ ਵਾਲੇ ਮੁੰਡੇ ਵਾਰਮ ਅਪ ਰਹਿਣਗੇ ਮੇਰੀ ਬੇਨਤੀ ਲੈਵਰੇ ਕਿੰਨੇ ਹੋ ਗਏ 9 ਹੋ ਗਏ ਜਾਂ 10 ਵੀ ਬਾਈ ਆਊਟ ਹੈ ਆਊਟ ਆਊਟ ਹੈ ਬਾਈ ਜੇ ਤੋ ਕਹਿ ਰਹੇ ਥੇ ਜੇ ਤੋ ਕਹੀਂ ਪੇ ਕਹਿ ਰਹੇ ਸੀ ਹਾਂਸੀ ਵਾਲੇ ਵੀਰੇ ਕਿੰਨੇ ਹੋ ਗਏ ਨੰਬਰ ਜੀ 10 ਤੇ 1 ਇਧਰ ਮੈਚ ਚਲਾਉਣੇ ਵਧੀਆ ਲੱਗਦੇ ਇਹਨਾਂ ਗੁੱਸਾ ਚੜਾ ਕਿੰਨੀ ਬਾਈ ਗੁੱਸਾ ਚਲਾ ਗਏ ਸ਼ੁਰੂ ਤੋਂ ਨਾ ਹਰੇਕ ਮੈਚ ਟੀ ਸ਼ਰਟ ਹੀ ਬਦਲ ਕੇ ਕਲੱਖਰੀ ਬਾਲੀ ਲਈ ਹੋਏ ਜੀ ਨਵਾਬ ਇੱਕ ਕਲੱਖਰੀ ਬਾਲੀ ਇਹਦਾ ਵੀ ਯੋਗਦਾਨ ਹੈਗਾ ਹਾਂਜੀ ਬਾਈ ਪਾਣੀ ਪੂਜਦਾ ਕਰੀਏ ਗਰਾਊਂਡ ਦੇ ਵਿੱਚ ਪਾਣੀ ਪੂਜਦਾ ਕਰੀਏ ਪ੍ਰਬੰਧਕ ਵੀਰ ਨੂੰ ਬੇਨਤੀ ਹੈ ਪਾਣੀ ਪੂਜਦਾ ਕਰੀਏ
ਕੀ ਸਕੋਰ ਹੋ ਗਿਆ ਬਈ? ਦਸ ਇੱਕ ਲਵ ਰਹੇ 10 ਨੰਬਰ ਨੇ ਬਾਬਾ ਲਦਾਣਾ ਦੀ ਟੀਮ ਦੇ ਔਰ ਜਿਹੜਾ ਇੱਕ ਪੁਆਇੰਟ ਮੈਨੂੰ ਲੱਗਦਾ ਖੇਡ ਦੇ ਗਰਾਊਂਡ ਵਿੱਚ ਕਦੇ ਚੱਕ ਦੇ ਦਿੱਤੇ ਹੁੰਦੇ। ਹਾਂਜੀ ਹਾਂਜੀ ਵੀਰੇ ਕਾਹਦੀ ਅਪਡੇਟ ਦੱਸੋ ਦੱਸੋ ਜੀ ਬਾਅਦ ਚ ਤੁਹਾਨੂੰ ਵੀ ਕਹਾਣੀ ਨਹੀਂ ਉਹ ਉੱਥੇ ਸਰਾਜ ਵਾਲੇ ਖੇਡਣਾ ਮੈਨੂੰ ਲੱਗਦਾ ਦੋਨੋਂ ਆਪ ਹੀ ਕਰਦੇ ਹਾਂ ਸਾਡਾ ਰਾਮਪੁਰੇ ਕੋਲ ਨਹੀਂ ਵੀਰੇ ਸੈਮੀ ਫਾਈਨਲ ਆ ਜੀ। ਹੈਲੋ ਲੈ ਵੀਰੇ ਹਾਸੀ ਵਾਲੇ ਵੀ ਬਾਈ ਬਣ ਕੇ ਆ ਕੇ ਹੁਣ ਆਪਾਂ ਬਾਰਮ ਭੋਜੀਏ ਜਿਹੜਾ ਮੈਚ ਕਹਿੰਦੇ ਖੇਡਿਆ ਜਾਣਾ ਸੈਮੀ ਫਾਈਨਲ ਦਾ ਤੇ ਯੂਪੀ ਦੀ ਟੀਮ ਨੂੰ ਜਿਹੜਾ 5-7 ਮਿੰਟਾਂ ਦੀ ਰੈਸਟ ਹੈ ਉਸ ਤੋਂ ਬਾਅਦ ਫਿਰ ਆਪਾਂ ਜਿਹੜਾ ਸੈਮੀ ਫਾਈਨਲ ਮੈਚ ਕਹਿੰਦੇ ਸ਼ੁਰੂ ਕਰਵਾਵਾਂਗੇ। ਬਾਬਾ ਸਕੋਰ ਦੱਸਦੇ ਜੀ ਦੱਸਦੇ ਹਾਂ ਸਕੋਰ ਵੀਰੇ ਮੇਰੇ ਖਿਆਲ 'ਚ 12-1 ਆ ਜੀ 12-1 ਬਾਈ ਕਿੰਨੇ ਹੋ ਗਏ ਸਕੋਰ? ਪਾਣੀ ਖਾ ਦਿੰਦੇ ਹੁਣ ਓਕੇ ਤੇਰੇ ਵਾਲਾ ਸ਼ਰਧਾਂਜਲੀ ਬੁਲਵਾਤ ਹੈ।
ਹੈਪੀ ਮਾਰਬਾਜ ਉਹਨਾਂ ਨੂੰ ਮੜੀ ਮਾਰਬਾਜ ਹੈ ਹੈਪੀ ਮਾਰਬਾਜ ਨਹੀਂ ਨਹੀਂ ਆ ਜਾਣਗੇ ਬਈ ਕਹਿ ਕੇ ਗਏ ਉਹ ਤਾਂ ਕਹਿੰਦੇ ਲਵਾ ਦੋ ਪਾਣੀ ਦਾ ਯਾਰ ਇਹਨਾਂ ਨੂੰ ਘਰ ਰੱਖੋ ਲਿਆ ਜੱਸਾ ਨਹੀਂ ਆਇਆ ਨਹੀਂ ਆਇਆ ਵੀਰੇ ਜੱਸਾ ਫਾਈਨਲ ਮੈਚ ਦੇਖ ਕੇ ਜਾਵਾਂ ਯਾਰ ਗੱਲ ਦੇਖਣ ਨੂੰ ਕੀ ਆ ਕਹਾਣੀ ਕਿੰਨੇ ਕਿਲੋਮੀਟਰ ਪਿਆ ਚੱਪਣ ਹੈਲੋ ਕਿੰਨੇ ਹੋ ਗਏ ਮੇਰੇ ਨੰਬਰ ਜੀ 12 ਔਰ 5 ਮੈਚ ਹੈ ਬਾਈ 17 ਪੁਆਇੰਟ ਦਾ ਤੁਸੀਂ ਵਧੀਆ ਲਾਇਆ ਮੈਚ ਜਵਾਕ ਬਹੁਤ ਸੋਹਣਾ ਖੇਡੇ ਨੇ ਯਾਰ ਹੈਨਾ ਉਹਨਾਂ ਨੇ ਬਾਲਾਂ ਚਲੋ ਵੀ ਚਲੋ ਟੀਮ ਵਧੀਆ ਸੀ ਹੋਰ ਟੀਮ ਹੁੰਦੀ ਤੁਸੀਂ ਛੇਤੀ ਨਿੰਬੂ ਦਿੰਦੇ ਸਾਰਿਆਂ ਨੂੰ ਹਿੱਟ ਬਹੁਤ ਤਕੜਾ ਸੀ ਅੱਜ ਦਾ ਵੀ ਮਜ਼ਾਕ ਨਹੀਂ ਕਰਦਾ ਚਾਹ ਖਾਣੀ ਪਾਣੀ ਲੈਣ ਗਿਆ ਬਾਬੇ ਦਾ ਡਰੈਂਡ ਦਾ ਪਤਾ ਨੀ ਕੀ ਲੱਗਦਾ ਵੀ ਕਿੱਥੋਂ ਮੈਂ ਖੇਡੂ ਪਹਿਲਾਂ ਤਾਂ ਐਂ ਜੀ ਲਓ ਦੇਖੇ ਐਂ ਕਰਕੇ ਦੇਖੀ ਪਤਾ ਨੀ ਲੱਗਦਾ ਵੀ ਕਿੱਥੇ ਖੇਡੂ ਕਾਢਤੀ ਵੱਡੇ ਵੀ ਨਹੀਂ
ਲਾਈਟਾਂ ਬੰਦ ਕਰਦੇ ਕਿੰਨੇ ਵੱਜ ਗਏ ਦੋ ਮੈਚ ਹੀ ਰਹਿੰਦੇ ਨੇ ਰੇਸਟਾਂ ਰੁਸਟਾਂ ਦੇ ਟਾਈਮ ਲਾ ਲਿਆ ਕੀ ਕਹਿਣਾ ਉਹਨਾਂ ਨੇ ਬਲਜਿੰਦਰ ਕਮਾਣਾ ਬਲਜਿੰਦਰ ਕਿੱਥੇ ਦੂਜਾ ਮੁੰਡਾ ਅਮਨ ਆਉਣਾ ਆਇਆ ਜੋਧਪੁਰੀਆ ਹਰ ਗਈ ਵੀਰੇ ਮੈਚ ਹੈਲੋ ਲੈ ਲਾਸਟ ਨੰਬਰ ਆ ਗਿਆ ਨਾ ਜੀ ਲੈ ਵੀਰੇ ਯੂਪੀ ਵਾਲੇ ਆ ਜਾਓ ਯਾਰ ਤੁਹਾਡਾ ਵੀ ਮੈਚ ਆਪਾਂ ਹੁਣ ਕਰਵਾਉਣਾ ਇੱਧਰ ਪਾਣੀ ਵੀ ਆ ਗਿਆ ਨਾਲੇ ਲੈ ਭਾਈ ਭੂਰੀਆ ਇੱਧਰ ਪਾਣੀ ਵੀ ਆ ਗਿਆ ਪਾਣੀ ਪੀ ਲਓ ਸਾਥ ਮੇਂ ਔਰ ਆਪਣਾ ਮੈਚ ਹੈ ਸੈਮੀ ਫਾਈਨਲ ਮੈਚ ਇੱਕ ਕਰੋ